ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ 6TV। ਮੈਂ ਕਰਨਵੀਰ ਸਿੰਘ। ਸ਼ੁਰੂਆਤ ਕਰਦੇ ਹਾਂ ਦੇਸ਼ ਵਿਦੇਸ਼ਾਂ ਜੁੜੀਆਂ ਹੁਣ ਤੱਕ ਦੀਆਂ ਖਾਸ ਖਬਰਾਂ ਦੇ ਨਾਲ। ਕਰਨਾਟਕਾ ਵਿੱਚ ਕੁਮਾਰ ਸਵਾਮੀ ਸਰਕਾਰ ਨੇ ਸਾਬਤ ਕੀਤਾ ਬਹੁਮਤ। ਸ਼ਾਹਕੋਟ ਜ਼ਿਮਨੀ ਚੋਣਾਂ ਵਿੱਚ ਪਾਰਟੀ ਪ੍ਰਚਾਰ ਕਰਨ ਪੁੱਜੇ ਭਗਵੰਤ ਮਾਨ। ਜੱਸੀ ਕਤਲਕਾਂਡ ਮਾਮਲੇ ਵਿੱਚ ਦੋਸ਼ੀਆਂ ਦੀ ਹਵਾਲਗੀ ਵਿੱਚ ਨਾਕਾਮੀ ਦੀ ਪੜਤਾਲ ਹੋਈ ਸ਼ੁਰੂ। ਜੈਜੀਤ ਸਿੰਘ ਜੌਹਲ ਨੇ ਬਾਦਲਾਂ ਦੇ ਮਜੀਠੀਆਂ ਨੂੰ ਭੇਜੇ ਕਾਨੂੰਨੀ ਨੋਟਿਸ। ਪਿਛਲੇ 4 ਸਾਲਾਂ ਤੋਂ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਨਹੀਂ ਮਿਲਿਆ 1600 ਕਰੋੜ। ਮਾਝਾ ਮਾਲਵਾ ਦੁਆਬਾ ਦੇ ਹਜ਼ਾਰਾਂ ਵਿੱਦਿਅਕ ਸੰਸਥਾਵਾਂ ਅਤੇ ਮੁੰਡੇ ਕੁੜੀਆਂ ਦੀ ਪੜ੍ਹਾਈ ਅਤੇ ਭਵਿੱਖ ਪਿਆ ਖਤਰੇ ਵਿੱਚ। ਬਿਆਸ ਦਰਿਆ ਪਾਣੀ ਮਾਮਲੇ ਵਿੱਚ ਪੰਜਾਬ ਦੇ ਵਾਤਾਵਰਨ ਮੰਤਰੀ OP ਸੋਨੀ ਨੇ ਗੁਰਦਾਸਪੁਰ ਜ਼ਿਲ੍ਹੇ ਦੇ 2 ਸੀਨੀਅਰ ਅਧਿਕਾਰੀਆਂ ਨੂੰ ਕੀਤਾ ਮੁਅੱਤਲ। ਬਟਾਲਾ ਵਿਖੇ ਤਾਇਨਾਤ ਵਾਤਾਵਰਨ ਇੰਜੀਨੀਅਰ ਕੁਲਦੀਪ ਸਿੰਘ ਅਤੇ ਸਹਾਇਕ ਅੰਮ੍ਰਿਤਪਾਲ ਸਿੰਘ ਚਾਹਲ ਉੱਤੇ ਲੱਗੇ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼। ਜੂਨ 1984 ਨੂੰ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਸਾਕਾ ਨੀਲਾ ਤਾਰਾ ਦੀ 34ਵੀਂ ਵਰਸ਼ੀ ਮੌਕੇ ਦਲ ਖਾਲਸਾ ਵੱਲੋਂ 6 ਜੂਨ ਨੂੰ ਅੰਮ੍ਰਿਤਸਰ ਸਾਹਿਬ ਨੂੰ ਬੰਦ ਕਰਨ ਦਾ ਦਿੱਤਾ ਗਿਆ ਸੱਦਾ। ਬਿਆਸ ਪਾਣੀ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਲੱਖਾ ਸਦਾਣਾ ਅਤੇ ਉਸਦੇ 42 ਸਾਥੀਆਂ ਨੂੰ ਭੇਜਿਆ ਗਿਆ ਜੇਲ੍ਹ। ਬਠਿੰਡਾ ਜੇਲ੍ਹ ਅਮਲੇ ਵੱਲੋਂ ਲੱਖਾ ਸਦਾਣਾ ਅਤੇ ਬਾਬਾ ਹਰਦੀਪ ਸਿੰਘ ਮਹਾਰਾਜ ਨੂੰ ਨਾ ਰੱਖੇ ਜਾਣ ਤੋਂ ਬਾਅਦ ਭੇਜਿਆ ਗਿਆ ਫਰੀਦਕੋਟ ਦੀ ਜੇਲ੍ਹ। ਅਕਾਲੀ ਆਗੂ ਅਤੇ ਬਲਾਕ ਸਿਮਤੀ ਭੀਖੀ ਦੇ ਚੇਅਰਮੈਨ ਪ੍ਰਗਟ ਸਿੰਘ ਖੀਵੇ ਤੋਂ ਅਕਾਲੀ ਦਲ ਨੇ ਫੇਰੀਆਂ ਅੱਖਾਂ। ਕਿਹਾ ਅਕਾਲੀ ਦਲ ਦਾ ਪ੍ਰਗਟ ਸਿੰਘ ਨਾਲ ਨਹੀਂ ਹੈ ਕੋਈ ਵਾਸਤਾ। ਪ੍ਰਗਟ ਸਿੰਘ ਉੱਤੇ ਕਿਸਾਨ ਤੋਂ 3 ਲੱਖ ਰੁਪਏ ਖੋਹ ਕੇ ਭੱਜਣ ਦਾ ਚੱਲ ਰਿਹਾ ਹੈ ਮਾਮਲਾ। ਦਮਦਮੀ ਟਕਸਾਲ ਦੀ ਧਮਕੀ ਤੋਂ ਬਾਅਦ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸੁਰੱਖਿਆ ਦੀ ਸਰਕਾਰ ਨੇ ਕੀਤੀ ਸਮੀਖਿਆ। ਪਟਿਆਲਾ ਪੁਲਿਸ ਵੱਲੋਂ ਦਿੱਤੇ 14 ਮੁਲਾਜ਼ਮਾਂ ਸਮੇਤ ਅੱਧੀ ਦਰਜਨ ਮੁਲਾਜ਼ਮ ਹੋਰ ਕੀਤੇ ਗਏ ਤੈਨਾਤ। ਹੁਣ ਖਬਰਾਂ ਵਿਸਥਾਰ ਦੇ ਨਾਲ। ਕਰਨਾਟਕਾ ਵਿੱਚ JD ਅਤੇ ਕਾਂਗਰਸ ਦੀ ਗੱਠਜੋੜ ਵਾਲੀ ਕੁਮਾਰ ਸਵਾਮੀ ਸਰਕਾਰ ਨੇ ਮੁਕਾਬਲੇ ਤੋਂ ਬਿਨਾਂ ਹੀ ਭਰੋਸੇ ਦਾ ਵੋਟ ਹਾਸਲ ਕਰ ਲਿਆ, ਕਿਉਂਕਿ ਭਾਜਪਾ ਦੇ ਵਿਧਾਇਕ ਵੋਟਿੰਗ ਤੋਂ ਪਹਿਲਾਂ ਹੀ ਵਾਕਆਊਟ ਕਰ ਗਏ। ਇਸ ਦੇ ਨਾਲ ਹੀ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਾ ਮਿਲਣ ਕਰਕੇ 10 ਦਿਨਾਂ ਤੋਂ ਜਾਰੀ ਜ਼ੋਰਦਾਰ ਸਿਆਸੀ ਨਾਟਕ ਤੋਂ ਪਰਦਾ ਗਿਰ ਗਿਆ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ BS ਯੇਦੀਯੁਰੱਪਾ ਨੇ ਹਾਕਮ ਗੱਠਜੋੜ ਉੱਤੇ ਜ਼ੋਰਦਾਰ ਹੱਲਾ ਬੋਲਦਿਆਂ ਕਿਹਾ ਕਿ ਇਹ ਨਾਪਾਕ ਹੈ। ਫਿਰ ਉਹ ਆਪਣੇ ਵਿਧਾਇਕਾਂ ਸਣੇ ਵਾਕਆਊਟ ਕਰ ਗਏ, ਜਿਸ ਕਾਰਨ ਸ਼੍ਰੀ ਕੁਮਾਰ ਸਵਾਮੀ ਨੂੰ ਬਹੁਮਤ ਸਾਬਤ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਈ। ਸਪੀਕਰ KR ਰਮੇਸ਼ ਕੁਮਾਰ ਨੇ ਭਰੋਸੇ ਦੇ ਮਤੇ ਨੂੰ ਜ਼ੁਬਾਨੀ ਵੋਟਾਂ ਰਾਹੀਂ ਪਾਸ ਕਰ ਦਿੱਤਾ। ਸ਼੍ਰੀ ਕੁਮਾਰ ਸਵਾਮੀ ਨੇ ਭਾਜਪਾ ਦੇ ਵਾਕਆਊਟ ਨੂੰ ਅਸਲੀਅਤ ਤੋਂ ਮੂੰਹ ਲੁਕਾਉਣ ਦੇ ਤੁਲ ਕਰਾਰ ਦਿੱਤਾ ਹੈ। ਦੱਸ ਦਈਏ ਕਿ 221 ਮੈਂਬਰਾਂ ਵਿੱਚੋਂ 117 ਵਿਧਾਇਕ ਕੁਮਾਰ ਸਵਾਮੀ ਗੱਠਜੋੜ ਵਿੱਚ ਹਨ, ਜਿਸ ਵਿੱਚ 78 ਵਿਧਾਇਕ ਕਾਂਗਰਸ ਦੇ ਅਤੇ 36 JD ਅਤੇ 1 ਬਹੁਜਨ ਸਮਾਜ ਪਾਰਟੀ ਦਾ ਵਿਧਾਇਕ ਵੀ ਹੈ। ਸ਼ਾਹਕੋਟ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਭਗਵੰਤ ਮਾਨ ਨੇ ਆਖਰ ਸ਼ਿਰਕਤ ਕਰ ਲਈ ਹੈ। ਹੁਣ ਤੱਕ ਸ਼ਾਹਕੋਟ ਜ਼ਿਮਨੀ ਚੋਣ ਦੇ ਪ੍ਰਚਾਰ ਵਿਧਾਨ ਵਿੱਚ ਆਮ ਆਦਮੀ ਪਾਰਟੀ ਕਿਸੇ ਪਾਸੇ ਵੀ ਨਜ਼ਰ ਨਹੀਂ ਸੀ ਆ ਰਹੀ, ਪਰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਆਖਰ ਸ਼ਾਹਕੋਟ ਦੇ ਮੈਦਾਨ ਵਿੱਚ ਆ ਡਟੇ ਹਨ। ਚੋਣਾਂ ਸਮੇਂ ਵਿਦੇਸ਼ ਚਲੇ ਜਾਣ ਅਤੇ ਪਾਰਟੀ ਨੂੰ ਅਧਵਾਟੇ ਛੱਡ ਜਾਣ ਦੀਆਂ ਅਫਵਾਹਾਂ ਦਾ ਖੰਡਨ ਕਰਦਿਆਂ ਉਹਨਾਂ ਕਿਹਾ ਕਿ ਉਹ ਪਾਰਟੀ ਨੂੰ ਦੱਸ ਕੇ ਹੀ ਵਿਦੇਸ਼ ਗਏ ਸਨ। ਸ਼ਾਹਕੋਟ ਪੁੱਜੇ ਭਗਵੰਤ ਮਾਨ ਨੇ ਜਿੱਥੇ ਕਾਂਗਰਸ ਸਰਕਾਰ ਦਾ ਵਿਰੋਧ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ, ਉੱਥੇ ਹੀ ਆਪਣੇ ਬਿਆਨਾਂ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਬਚਾਅ ਵੀ ਕਰਦੇ ਨਜ਼ਰ ਆਏ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਜਿੱਥੇ ਚੋਣ ਪ੍ਰਚਾਰ ਵਿੱਚ ਜਾਨ ਫੂਕੀ ਹੈ, ਉੱਥੇ ਹੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਵਾਸਤੇ ਵੋਟਾਂ ਵੀ ਮੰਗੀਆਂ। ਜੱਸੀ ਕਤਲਕਾਂਡ ਦੇ 2 ਦੋਸ਼ੀਆਂ ਦੀ ਹਵਾਲਗੀ ਲੈਣ ਗਈ ਪੰਜਾਬ ਪੁਲਿਸ ਨਾਕਾਮ ਰਹੀ ਸੀ ਅਤੇ ਹੁਣ ਉਸਦੇ ਮਹੀਨਿਆਂ ਬਾਅਦ ਇਸ ਨਾਕਾਮੀ ਦੀ ਘੋਖ ਸੰਬੰਧੀ ਜਾਂਚ ਕਰਨੀ ਸ਼ੁਰੂ ਕੀਤੀ ਗਈ ਹੈ। ਮੰਤਰਾਲੇ ਜਾਣਨਾ ਚਾਹੁੰਦਾ ਹੈ ਕਿ ਹਵਾਲਗੀ ਦੀ ਕੋਸ਼ਿਸ਼ ਵਿੱਚ ਨਾਕਾਮੀ ਲਈ ਕੋਈ ਪੁਲਿਸ ਅਧਿਕਾਰੀ ਤਾਂ ਜ਼ਿੰਮੇਵਾਰ ਨਹੀਂ। ਕੈਨੇਡਾ ਤੋਂ ਮਿਲੀਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੇਸ ਦੇ ਦੋਸ਼ੀਆਂ ਦੇ ਰਿਸ਼ਤੇਦਾਰਾਂ ਨੇ ਨਿਆਂ ਮੰਤਰਾਲੇ ਕੋਲ ਅਪੀਲ ਕੀਤੀ ਸੀ ਕਿ ਉਹਨਾਂ ਨੂੰ ਦੋਵੇਂ ਦੋਸ਼ੀਆਂ ਨੂੰ ਭਾਰਤ ਲਿਜਾਣ ਦੀ ਪੇਸ਼ਕਦਮੀ ਬਾਰੇ ਕੋਈ ਇਤਲਾਹ ਨਹੀਂ ਸੀ ਦਿੱਤੀ ਗਈ। ਦੱਸ ਦਈਏ ਕਿ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਪੰਜਾਬ ਪੁਲਿਸ ਦੀ ਇੱਕ ਟੀਮ ਜੱਸੀ ਦੀ ਮਾਂ ਮਲਕੀਅਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਵਿਦੇਸ਼ਾਂ ਦੀ ਸਪੁਰਦਗੀ ਹਾਸਲ ਕਰਨ ਲਈ ਕੈਨੇਡਾ ਗਈ ਸੀ ਤਾਂ ਕਿ ਉਹਨਾਂ ਨੂੰ ਕਤਲ ਦੀ ਸਾਜ਼ਿਸ਼ ਦੇ ਦੋਸ਼ ਦੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਭਾਰਤ ਲਿਆਂਦਾ ਜਾ ਸਕੇ। ਪਰ ਜਦੋਂ ਦੋਸ਼ੀਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਇਹ ਟੀਮ ਜਹਾਜ਼ ਵਿੱਚ ਸਵਾਰ ਹੋਈ ਤਾਂ ਕੈਨੇਡੀਅਨ ਅਧਿਕਾਰੀਆਂ ਨੇ ਉੱਥੋਂ ਦੇ ਨਿਆਂ ਮੰਤਰਾਲੇ ਦੇ ਹੁਕਮਾਂ ਦਾ ਹਵਾਲਾ ਦੇ ਕੇ ਉਹਨਾਂ ਨੂੰ ਜਹਾਜ਼ ਵਿੱਚੋਂ ਵਾਪਸ ਉਤਾਰ ਲਿਆ ਸੀ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨੇੜਲੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ ਜੋਜੋ ਨੇ ਮਾਣਹਾਨੀ ਮਾਮਲੇ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਜੋਜੋ ਨੇ ਬਠਿੰਡਾ ਰਿਫਾਇਨਰੀ ਦੇ ਗੁੰਡਾ ਟੈਕਸ ਵਿੱਚ ਨਾਮ ਉਛਾਲੀ ਦੇ ਮਾਮਲੇ ਸੰਬੰਧੀ ਬਾਦਲਾਂ ਅਤੇ ਮਜੀਠੀਆਂ ਨੂੰ ਅਦਾਲਤ ਵਿੱਚ ਟੱਕਰ ਦੇਣ ਦੀ ਚੇਤਾਵਨੀ ਦਿੱਤੀ ਹੈ। ਜੈਜੀਤ ਜੌਹਲ ਨੇ ਸ਼ਾਹਕੋਟ ਜ਼ਿਮਨੀ ਚੋਣਾਂ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਵਿਧਾਇਕ ਬਿਕਰਮਜੀਤ ਸਿੰਘ ਮਜੀਠੀਆ ਅਤੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ
ਦੇ ਸਮੇਤ ਪੰਜਾਬ ਚੈਨਲ ਦੇ ਪ੍ਰਬੰਧਕ ਰਵਿੰਦਰ ਸਿੰਘ ਨਾਰਾਇਣ ਨੂੰ ਵੀ ਮਾਣਹਾਨੀ ਮਾਮਲੇ ਵਿੱਚ ਅੱਜ ਕਾਨੂੰਨੀ ਨੋਟਿਸ ਭੇਜਿਆ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਹਨਾਂ ਆਗੂਆਂ ਨੇ ਰਿਫਾਇਨਰੀ ਦੇ ਗੁੰਡਾ ਟੈਕਸ ਮਾਮਲੇ 'ਚ ਸਭ ਤੋਂ ਵੱਧ ਨਿਸ਼ਾਨੇ ਉੱਤੇ ਜੋਜੋ ਨੂੰ ਰੱਖਿਆ ਸੀ। ਜੋਜੋ ਨੇ ਅੱਜ ਆਖਿਆ ਕਿ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਉਸਦਾ ਨਾਮ ਗੁੰਡਾ ਟੈਕਸ ਨਾਲ ਜੋੜਿਆ ਗਿਆ ਸੀ, ਜਦੋਂ ਕਿ ਉਸਦੇ ਇਸ ਮਾਮਲੇ ਨਾਲ ਕੋਈ ਵਾਹ ਵਾਸਤਾ ਨਹੀਂ ਸੀ। ਉਹਨਾਂ ਦੋਸ਼ ਲਾਇਆ ਕਿ ਅਕਾਲੀ ਆਗੂਆਂ ਨੇ ਬਿਨਾਂ ਸਬੂਤਾਂ ਤੋਂ ਸਿਰਫ ਬਦਨਾਮ ਕਰਨ ਦੀ ਖਾਤਰ ਹੀ ਉਸਦਾ ਨਾਮ ਉਛਾਲਿਆ ਸੀ। ਇਹ ਸਨ ਹੁਣ ਤੱਕ ਦੀਆਂ ਖਾਸ ਖ਼ਬਰਾਂ 'ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ 'ਤੇ। ਕਰਨਾਟਕਾ ਵਿੱਚ ਕੁਮਾਰ ਸਵਾਮੀ ਸਰਕਾਰ ਨੇ ਸਾਬਤ ਕੀਤਾ ਬਹੁਮਤ। ਸ਼ਾਹਕੋਟ ਜਿਮਨੀ ਚੋਣਾਂ ਵਿੱਚ ਪਾਰਟੀ ਪ੍ਰਚਾਰ ਕਰਨ ਪੁੱਜੇ ਭਗਵੰਤ ਮਾਨ। ਜੱਸੀ ਕਤਲਕਾਂਡ ਮਾਮਲੇ ਵਿੱਚ ਦੋਸ਼ੀਆਂ ਦੀ ਹਵਾਲਗੀ ਵਿੱਚ ਨਾਕਾਮੀ ਦੀ ਪੜਤਾਲ ਹੋਈ ਸ਼ੁਰੂ। ਜੈਜੀਤ ਸਿੰਘ ਜੌਹਲ ਨੇ ਬਾਦਲਾਂ ਦੇ ਮਜੀਠੀਆਂ ਨੂੰ ਭੇਜੇ ਕਾਨੂੰਨੀ ਨੋਟਿਸ। ਪਿਛਲੇ 4 ਸਾਲਾਂ ਤੋਂ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਨਹੀਂ ਮਿਲਿਆ 1600 ਕਰੋੜ। ਮਾਝਾ ਮਾਲਵਾ ਦੁਆਬਾ ਦੇ ਹਜ਼ਾਰਾਂ ਵਿਦਿਅਕ ਸੰਸਥਾਵਾਂ ਅਤੇ ਮੁੰਡੇ ਕੁੜੀਆਂ ਦੀ ਪੜ੍ਹਾਈ ਅਤੇ ਭਵਿੱਖ ਪਿਆ ਖਤਰੇ ਵਿੱਚ। ਬਿਆਸ ਦਰਿਆ ਪਾਣੀ ਮਾਮਲੇ ਵਿੱਚ ਪੰਜਾਬ ਦੇ ਵਾਤਾਵਰਨ ਮੰਤਰੀ ਓਪੀ ਸੋਨੀ ਨੇ ਗੁਰਦਾਸਪੁਰ ਜ਼ਿਲ੍ਹੇ ਦੇ 2 ਸੀਨੀਅਰ ਅਧਿਕਾਰੀਆਂ ਨੂੰ ਕੀਤਾ ਮੁਅੱਤਲ। ਬਟਾਲਾ ਵਿਖੇ ਤਾਇਨਾਤ ਵਾਤਾਵਰਨ ਇੰਜੀਨੀਅਰ ਕੁਲਦੀਪ ਸਿੰਘ ਅਤੇ ਸਹਾਇਕ ਅੰਮ੍ਰਿਤਪਾਲ ਸਿੰਘ ਚਾਹਲ ਉੱਤੇ ਲੱਗੇ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼। ਜੂਨ 1984 ਨੂੰ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਸਾਕਾ ਨੀਲਾ ਤਾਰਾ ਦੀ 34ਵੀਂ ਵਰਸ਼ੀ ਮੌਕੇ ਦਲ ਖਾਲਸਾ ਵੱਲੋਂ 6 ਜੂਨ ਨੂੰ ਅੰਮ੍ਰਿਤਸਰ ਸਾਹਿਬ ਨੂੰ ਬੰਦ ਕਰਨ ਦਾ ਦਿੱਤਾ ਗਿਆ ਸੱਦਾ। ਬਿਆਸ ਪਾਣੀ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਲੱਖਾ ਸਦਾਣਾ ਅਤੇ ਉਸਦੇ 42 ਸਾਥੀਆਂ ਨੂੰ ਭੇਜਿਆ ਗਿਆ ਜੇਲ੍ਹ। ਬਠਿੰਡਾ ਜੇਲ੍ਹ ਅਮਲੇ ਵੱਲੋਂ ਲੱਖਾ ਸਦਾਣਾ ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ਨੂੰ ਨਾ ਰੱਖੇ ਜਾਣ ਤੋਂ ਬਾਅਦ ਭੇਜਿਆ ਗਿਆ ਫਰੀਦਕੋਟ ਦੀ ਜੇਲ੍ਹ। ਅਕਾਲੀ ਆਗੂ ਅਤੇ ਬਲਾਕ ਸਿਮਤੀ ਭੀਖੀ ਦੇ ਚੇਅਰਮੈਨ ਪ੍ਰਗਟ ਸਿੰਘ ਖੀਵੇ ਤੋਂ ਅਕਾਲੀ ਦਲ ਨੇ ਫੇਰੀਆਂ ਅੱਖਾਂ। ਕਿਹਾ ਅਕਾਲੀ ਦਲ ਦਾ ਪ੍ਰਗਟ ਸਿੰਘ ਨਾਲ ਨਹੀਂ ਹੈ ਕੋਈ ਵਾਸਤਾ। ਪ੍ਰਗਟ ਸਿੰਘ ਉੱਤੇ ਕਿਸਾਨ ਤੋਂ 3 ਲੱਖ ਰੁਪਏ ਖੋਹ ਕੇ ਭੱਜਣ ਦਾ ਚੱਲ ਰਿਹਾ ਹੈ ਮਾਮਲਾ। ਦਮਦਮੀ ਟਕਸਾਲ ਦੀ ਧਮਕੀ ਤੋਂ ਬਾਅਦ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸੁਰੱਖਿਆ ਦੀ ਸਰਕਾਰ ਨੇ ਕੀਤੀ ਸਮੀਖਿਆ। ਪਟਿਆਲਾ ਪੁਲਿਸ ਵੱਲੋਂ ਦਿੱਤੇ 14 ਮੁਲਾਜ਼ਮਾਂ ਸਮੇਤ ਅੱਧੀ ਦਰਜਨ ਮੁਲਾਜ਼ਮ ਹੋਰ ਕੀਤੇ ਗਏ ਤੈਨਾਤ। ਅੱਜ ਦੇ ਪੰਜਾਬੀ ਬੁਲੇਟਿਨ ਵਿੱਚ ਇੰਨਾ ਹੀ। ਤੁਸੀਂ ਦੇਖਦੇ ਰਹੋ 6 TV ਅਤੇ ਮੈਨੂੰ ਦੇ ਇਜਾਜ਼ਤ। ਧੰਨਵਾਦ।